ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਦੇ ਨਾਲ ਔਰ ਆਪ ਸਾਰੇ ਸੰਸਾਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਦੇ ਪਿਆਰ ਸਨੇਹ ਦੇ ਸਦਕਾ ਜੋ ਅਜੀਤ ਅਦਾਰੇ ਵੱਲੋਂ ਆਪਣੇ ਪਾਵਨ ਪਵਿੱਤਰ ਇਤਿਹਾਸ ਨੂੰ ਸਮਝਣ ਦਾ ਵਿਚਾਰਨ ਦਾ ਉਪਰਾਲਾ ਕੀਤਾ ਗਿਆ ਹੈ ਉਸੇ ਦੇ ਤਹਿਤ ਅੱਜ ਆਪਾਂ ਨਿਤਾ ਪ੍ਰਤੀ ਜੋ ਅਰਦਾਸ ਦੇ ਵਿੱਚ ਜਿਨ੍ਹਾਂ ਗੁਰਸਿੱਖਾਂ ਦੀਆਂ ਕਮਾਈਆਂ ਦਾ ਆਪਾਂ ਧਿਆਨ ਧਰਦੇ ਹਾਂ ਔਰ ਜੋ ਅਰਦਾਸ ਵਿੱਚ ਬੜਾ ਵੱਡਾ ਇਤਿਹਾਸ ਸਾਡਾ ਹੈ ਜਿਸ ਵਿੱਚ 40 ਮੁਕਤਿਆਂ ਦੀ ਬਾਤ ਆਉਂਦੀ ਹੈ ਆਪਾਂ ਅੱਜ ਉਹਨਾਂ 40 ਮੁਕਤਿਆਂ ਦੀ ਬਾਤ ਜਿਨ੍ਹਾਂ ਨੇ ਖਿਦਰਾਣੇ ਦੀ ਢਾਬ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਆਪਣੀਆਂ ਜਾਨਾਂ ਵਾਰ ਕੇ ਗੁਰੂ ਨਾਲ ਟੁੱਟੀ ਨੂੰ ਗੰਢਿਆ ਉਸ ਪਾਵਨ ਪਵਿੱਤਰ ਇਤਿਹਾਸ ਦੀ ਸਾਂਝ ਪਾਉਣੀ ਹੈ ਤਾਂ ਕਰੋ ਕਿਰਪਾ ਬਖਸ਼ੋ ਅਸੀਸ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹੱਕਰਾ ਗੰਜੂਰ ਜੁਮਲਾ ਫੈਜੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾ ਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ 40 ਮੁਕਤਿਆਂ ਦੀ ਬਾਤ ਕਰਾਂਗੇ ਤਾਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੜਾ ਲੰਮੇਰਾ ਸਮਾਂ ਜਦੋਂ ਘੇਰਾ ਪਿਆ ਰਿਹਾ ਪਹਾੜੀ ਰਾਜਿਆਂ ਨਾਲ ਟੱਕਰ ਚੱਲਦੀ ਰਹੀ ਸੂਬਾ ਏ ਲਾਹੌਰ ਸੂਬਾ ਸਰਹੰਦ ਅਤੇ ਦਿੱਲੀ ਦੀਆਂ ਫੌਜਾਂ ਇਸੇ ਦੌਰਾਨ ਜਿੱਦਣ ਉਹਨਾਂ ਰਾਜਿਆਂ ਨੇ ਇੱਕ ਹਾਥੀ ਨੂੰ ਤਵੀਆਂ ਬੰਨ੍ਹ ਕੇ ਆਨੰਦਗੜ੍ਹ ਸਾਹਿਬ ਦਾ ਦਰਵਾਜ਼ਾ ਤੋੜਨ ਲਈ ਤਿਆਰ ਕੀਤਾ ਮਹਾਰਾਜ ਤੱਕ ਇਹ ਖਬਰ ਪਹੁੰਚੀ ਹੈ ਭਾਈ ਚਤਰ ਸਿੰਘ ਜੀ ਬਰਾੜ ਜੋ
ਮਹਾਰਾਜ ਦੇ ਸੂਹੀਆ ਵਿਭਾਗ ਦੇ ਮੁਖੀ ਸਨ, ਜਿਹਨੂੰ ਅੱਜ ਅਸੀਂ CID ਕਹਿ ਦਿੰਦੇ। ਔਰ ਉਹਨਾਂ ਨੇ ਆ ਕੇ ਜਦੋਂ ਖਬਰ ਦਿੱਤੀ ਹੈ ਵੀ ਮਹਾਰਾਜ ਇਸ ਤਰ੍ਹਾਂ ਪਹਾੜੀ ਰਾਜੇ ਇੱਕ ਹਾਥੀ ਨੂੰ ਤਿਆਰ ਕਰ ਰਹੇ ਆ ਜੋ ਆ ਕੇ ਦਰਵਾਜ਼ਾ ਤੋੜੇਗਾ ਅਤੇ ਮਗਰ ਫਿਰ ਫੌਜ ਵੜੇਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਕੋਈ ਨਹੀਂ, ਜੇ ਉਹ ਹਾਥੀ ਲੈ ਕੇ ਆ ਰਹੇ ਨੇ ਅਤੇ ਕੋਲ ਭਾਈ ਦੁਨੀ ਚੰਦ ਬੈਠਾ, ਕਹਿੰਦੇ ਸਾਡੇ ਕੋਲ ਵੀ ਦੁਨੀ ਚੰਦ ਵਰਗਾ ਹੈ ਜੋ ਉਸ ਹਾਥੀ ਦਾ ਮੁਕਾਬਲਾ ਕਰੇਗਾ। ਹੁਣ ਮਹਾਰਾਜ ਦੇ ਸਾਹਮਣੇ ਤਾਂ ਨਾ ਉਹਨੇ ਕੁਝ ਕਿਹਾ, ਲੇਕਿਨ ਕਿਤੇ ਨਾ ਕਿਤੇ ਉਹਦੇ ਮਨ ਵਿੱਚ ਇਹ ਬਾਤ ਆ ਗਈ ਵੀ ਹਾਥੀ ਨਾਲ ਮੈਂ ਲੜਾਂ। ਤਾਂ ਕੁਝ ਲੋਕ ਉਹਨੂੰ ਉਹਦੇ ਨਾਲ ਜਿਹੜੇ ਸਨ ਉਹਨਾਂ ਦੀ ਵੀ ਸਲਾਹ ਇਹੋ ਜਿਹੀ ਵੀ ਨਹੀਂ ਨਹੀਂ ਇਹ ਤੈਨੂੰ ਤਾਂ ਨਿਆਈ ਮੁੱਤੇ ਮਰਵਾ ਦੇਣਗੇ, ਹਾਥੀਆਂ ਨਾਲ ਵੀ ਬੰਦੇ ਲੜੇ ਨੇ। ਤਾਂ ਉਹ ਰਾਤ ਨੂੰ ਜਿਵੇਂ ਉਹਨੇ ਕਿਲੇ ਦੀ ਕੰਧ ਟੱਪ ਕੇ ਦੌੜਨ ਦਾ ਯਤਨ ਕੀਤਾ, ਲੱਤ ਵੀ ਟੁੱਟ ਗਈ, ਕੁਝ ਬੰਦੇ ਉਹਦੇ ਨਾਲ ਗਏ ਇਸ ਤਰ੍ਹਾਂ। ਤਾਂ ਉਹਦੇ ਤੋਂ ਬਾਅਦ ਮਹਾਰਾਜ ਨੇ ਜਦੋਂ ਅਨੰਦਪੁਰ ਸਾਹਿਬ ਨੂੰ ਤਿਆਗਿਆ, ਪਰਿਵਾਰ ਵਿਛੋੜੇ, ਵੱਡੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਔਰ ਮਹਾਰਾਜ ਫਿਰ ਵਿਚਰਦਿਆਂ ਹੋਇਆਂ ਬੜਾ ਲੰਮੇਰਾ ਸਮਾਂ ਜੋ ਮਾਲਵੇ ਦੀ ਧਰਤੀ 'ਤੇ ਸਤਿਗੁਰਾਂ ਨੇ ਤਖਤੂਪੁਰਾ, ਜਿਹਨੂੰ ਤ੍ਰਿਵੈਣੀ ਵੀ ਆਖਿਆ ਜਾਂਦਾ ਕਿਉਂਕਿ ਤ੍ਰੈ ਪਾਤਸ਼ਾਹੀਆਂ ਦੇ ਉੱਥੇ ਚਰਨ ਪਏ ਨੇ, ਉਹਦੇ ਤੋਂ ਬਾਅਦ ਦੀਨੇ ਕਾਂਗੜ ਦੀ ਧਰਤੀ ਹੈ ਜਿੱਥੇ ਮਹਾਰਾਜ ਜ਼ਫਰਨਾਮਾ ਵੀ ਲਿਖਦੇ ਨੇ ਔਰੰਗਜ਼ੇਬ ਵੱਲ। ਇਹਨਾਂ ਬਹੁਤ ਸਾਰੀਆਂ ਥਾਵਾਂ ਤੋਂ ਹੁੰਦਿਆਂ ਹੋਇਆਂ ਗੁਰੂ ਪਾਤਸ਼ਾਹ ਮਹਾਰਾਜ ਅੱਗੇ ਨੂੰ ਜਾ ਰਹੇ ਨੇ ਮਾਲਵੇ ਦੀ ਧਰਤੀ 'ਤੇ। ਇੱਧਰ ਕੁਝ ਗੁਰਸਿੱਖਾਂ ਨੇ ਮਿਲ ਕੇ ਵਿਚਾਰ ਕੀਤੀ ਹੈ ਜੋ ਪੱਟੀ ਦੇ ਔਰ ਰਹਿਣ ਵਾਲੇ ਸਾਰ ਸਰਦਾਰ ਸੁਲਤਾਨ ਸਿੰਘ, ਨਿਧਾਨ ਸਿੰਘ ਇਤਿਆਦਿਕ ਗੁਰੂ ਕੇ ਸਿੱਖਾਂ ਦੇ ਨਾਮ ਆਉਂਦੇ ਨੇ, ਔਰ ਮਾਤਾ ਭਾਗ ਕੌਰ ਜੀ ਜਿਨ੍ਹਾਂ ਨੂੰ ਬੀਬੀ ਭਾਗੋ ਕਰਕੇ ਅਸੀਂ ਮਾਤਾ ਭਾਗੋ ਕਰਕੇ ਇਤਿਹਾਸ ਵਿੱਚ ਕਹਿੰਦੇ, ਨਾਮ ਉਹਨਾਂ ਦਾ ਭਾਗ ਕੌਰ। ਇਹ ਕੁਝ ਗੁਰਸਿੱਖ ਬੈਠੇ ਜਦੋਂ ਮਾਤਾ ਭਾਗ ਕੌਰ ਜੀ ਹੁਣਾਂ ਦੇ ਸਹੁਰੇ ਦੀ ਡੈਥ ਹੋਈ ਸੀ, ਉਹਦਾ ਭੋਗ ਅਤੇ ਉਹਦੇ ਉੱਤੇ ਗੁਰਸਿੱਖ ਇਕੱਠੇ ਹੋਏ ਨੇ, ਔਰ ਉੱਥੇ ਰਲ ਕੇ ਵਿਚਾਰਾਂ ਚੱਲੀਆਂ ਵੀ ਕਿਵੇਂ ਦੁਨੀ ਚੰਦ ਉਸ ਵਕਤ ਦੌੜ ਆਇਆ ਅਤੇ ਸਾਡੇ ਉੱਤੇ ਇੱਕ ਬੜਾ ਵੱਡਾ ਦਾਗ ਹੈ ਜਿਹਨੂੰ ਅਸੀਂ ਧੋਣਾ, ਭਾਵੇਂ ਉਹਦੇ ਪੋਤਰਿਆਂ ਨੇ ਨਿਰਮੋਹਗੜ੍ਹ ਦੀ ਜੰਗ ਵਿੱਚ ਜਾ ਕੇ ਬੜੇ ਜ਼ੋਰ ਦਿਖਾਏ, ਸ਼ਹਾਦਤਾਂ ਦੇ ਜਾਮ ਤੱਕ ਪੀਤੇ। ਹੁਣ ਕਈ ਵਾਰੀ ਹੁੰਦਾ ਕੋਈ ਵੀ ਕਾਰਜ ਕਰਨਾ ਨਾ, ਉਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਕੁਝ ਉਹ ਹੈ ਜਿਨ੍ਹਾਂ ਨੇ ਕੁਝ ਕਰਨਾ ਆ ਅਤੇ ਕੁਝ ਇਸ ਤਾਕ ਵਿੱਚ ਰਹਿੰਦੇ ਆ ਵੀ ਮੌਕਾ ਕਿੱਥੇ ਬਣਦਾ ਅਸੀਂ ਆਪਣੀ ਚੌਧਰ ਚਮਕਾ ਲਈਏ। ਹੁਣ ਇੱਥੋਂ ਵੀ ਦੋ ਤਰ੍ਹਾਂ ਦੇ ਲੋਕ ਤੁਰੇ, ਇੱਕ ਮਾਤਾ ਭਾਗ ਕੌਰ ਜੀ, ਭਾਈ ਮਾਨ ਸਿੰਘ ਵਰਗੇ ਮਹਾਨ ਗੁਰਸਿੱਖ, ਔਰ ਉਹਨਾਂ ਵਿੱਚ ਐਸੇ ਐਸੇ ਗੁਰੂ ਕੇ ਸਿੱਖ ਜਿਨ੍ਹਾਂ ਕੁਝ ਕਰਨਾ ਆ, ਅਤੇ ਕੁਝ ਨਾਲ ਚੌਧਰੀਆਂ ਦਾ ਟੋਲਾ ਤੁਰ ਪਿਆ, ਉਹਨਾਂ ਆਖਿਆ ਵੀ ਅਸੀਂ ਨਾ ਪਿੱਛੇ ਰਹਿ ਜਾਈਏ, ਮਹਾਰਾਜ ਨੂੰ ਜਾ ਕੇ ਗੱਲ ਕਰਦੇ ਹਾਂ। ਹੁਣ ਉਹ ਕੁਝ ਮਹਾਰਾਜ ਨੂੰ ਗੱਲਾਂ ਕਰਨ ਵਾਸਤੇ ਵੀ ਸਮਝਾਉਣ ਵਾਸਤੇ ਗਏ, ਕੁਝ ਕੁਝ ਕਰਨ ਵਾਸਤੇ ਗਏ। ਮਹਾਰਾਜ ਨੂੰ ਰਾਮਿਆਣੇ ਦੀ ਧਰਤੀ 'ਤੇ ਜਾ ਕੇ ਲੋਕਾਂ ਦਾ ਮਿਲਾਪ ਹੋਇਆ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲੇ, ਮਹਾਰਾਜ ਨੇ ਵੀ ਘੋੜੇ ਦੇ ਕਾਠੀ ਦੇ ਥੱਲੇ ਵਿਛਾਉਣ ਵਾਲਾ ਕੱਪੜਾ ਕਢਵਾਇਆ, ਵਿਛਾਇਆ, ਗੁਰੂ ਕੇ ਸਿੱਖਾਂ ਨੇ, ਮਹਾਰਾਜ ਬੈਠ ਗਏ।
ਹੁਣ ਜਿਨ੍ਹਾਂ ਨੇ ਕੁਝ ਕਰਨਾ ਸੀ ਉਹ ਤੇ ਅਜੇ ਇੰਨੀਆਂ ਗੱਲਾਂ ਨਹੀਂ ਕਰ ਰਹੇ। ਉਹ ਚੌਧਰੀ ਕਹਿੰਦੇ ਵੀ ਮਹਾਰਾਜ ਵੇਖੋ ਜੋ ਕੁਝ ਹੋਇਆ, ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਆਨੰਦਪੁਰ ਸਾਹਿਬ ਛੱਡਣਾ, ਬੜਾ ਦੁੱਖ ਹੋਇਆ। ਮਹਾਰਾਜ ਕਹਿੰਦੇ ਪਰਮੇਸ਼ਰ ਦੀ ਰਜ਼ਾ ਹੈ, ਅਕਾਲ ਪੁਰਖ ਦਾ ਭਾਣਾ ਹੈ, ਉਹਦੀ ਆਗਿਆ ਹੈ। ਇੰਨੀਆਂ ਬਾਤਾਂ ਕਰਕੇ ਅਗਲੀ ਗੱਲ ਕਹਿੰਦੇ ਮਹਾਰਾਜ ਤੁਸੀਂ ਇੰਜ ਕਰੋ ਵੀ ਆਹ ਹਥਿਆਰਾਂ ਵਾਲਾ ਜੰਗ ਵਾਲਾ ਇਹ ਪਾਸਾ ਛੱਡ ਕੇ ਤੁਸੀਂ ਤਖ਼ਤ 'ਤੇ ਬੈਠੋ, ਅਸੀਂ ਤੁਹਾਡੀ ਸਿੱਖ ਬਣ ਕੇ ਪੂਜਾ ਕਰਦੇ ਹਾਂ ਅਤੇ ਦਿੱਲੀ ਦਰਬਾਰ ਦੇ ਨਾਲ ਤੁਹਾਡੀ ਜਿਹੜੀ ਹੈ ਅਸੀਂ ਸੰਧੀ ਕਰਾ ਦਿੰਦੇ ਹਾਂ, ਸਮਝੌਤਾ ਕਰਾ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਤੁਸੀਂ ਇਹ ਦੱਸੋ ਵੀ ਸਿੱਖ ਬਣ ਕੇ ਆਇਓ ਕਿ ਸਲਾਹਕਾਰ ਬਣ ਕੇ ਆਇਓ। ਕਹਿੰਦੇ ਜੀ ਇਹਦਾ ਕੀ ਮਤਲਬ ਮਹਾਰਾਜ ਸਾਹਿਬ? ਕਹਿੰਦੇ ਜਿਹੜਾ ਸਿੱਖ ਹੁੰਦਾ ਹੈ ਨਾ ਉਹ ਗੁਰੂ ਦਾ ਬਚਨ ਮੰਨਦਾ, ਜੋ ਗੁਰ ਕਹੇ ਸੋਈ ਭਲ ਮੰਨੋ। ਅਤੇ ਕਹਿੰਦੇ ਸਿੱਖ ਜਿਹੜਾ ਉਹ ਗੁਰੂ ਨੂੰ ਸਲਾਹ ਨਹੀਂ ਦਿੰਦਾ ਵੀ ਤੁਹਾਨੂੰ ਐਂ ਨਹੀਂ ਐਂ ਕਰਨਾ ਚਾਹੀਦਾ। ਸਿੱਖ ਦਾ ਤਾਂ ਕਰਮ ਹੈ ਗੁਰੂ ਦਾ ਹੁਕਮ ਮੰਨਣਾ, ਗੁਰੂ ਦੀ ਆਗਿਆ ਮੰਨਣੀ। ਅਤੇ ਜੇ ਤਾਂ ਆਗਿਆ ਮੰਨਣ ਸਿੱਖ ਬਣ ਕੇ ਆਇਓ ਤਾਂ ਫਿਰ ਸਾਡਾ ਬਚਨ ਮੰਨੋ, ਅਤੇ ਸਲਾਹਕਾਰ ਬਣ ਕੇ ਰਹੀ ਗੱਲ ਤੁਹਾਡੀ ਸਮਝੌਤੇ ਕਰਾਉਣ ਦੀ। ਕਹਿੰਦੇ ਕੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਜਦੋਂ ਲਾਹੌਰ ਦੀ ਧਰਤੀ 'ਤੇ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ ਗਿਆ, ਬੰਸਾਵਲੀ ਨਾਮੇ ਦੇ ਕਰਤੇ ਭਾਈ ਕੇਸਰ ਸਿੰਘ ਛਿੱਬਰ ਨੇ ਲਿਖਿਆ, ਉਦੋਂ ਤੁਸੀਂ ਕਿੱਥੇ ਸੀ? ਉਦੋਂ ਸਮਝੌਤਾ ਨਾ ਕਰਾਇਆ, ਉਦੋਂ ਤੁਸੀਂ ਸਰਕਾਰੇ ਦਰਬਾਰੇ ਨਾ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਨਾਲ ਤ੍ਰੈ ਗੁਰਸਿੱਖਾਂ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ, ਉਦੋਂ ਤੁਸੀਂ ਕਿੱਥੇ ਸੀ? ਤੁਹਾਡੀ ਇੰਨੀ ਪਹੁੰਚ ਸੀ, ਉਦੋਂ ਕਿਉਂ ਨਾ ਬੌੜੇ? 40 ਭੁੱਖਣ ਪਾਣਿਆਂ ਨੂੰ 10 ਲੱਖ ਦਾ ਮੁਲਖਈਆ ਚਮਕੌਰ ਸਾਹਿਬ ਦੀ ਗੜੀ ਵਿੱਚ ਘੇਰ ਕੇ ਬਹਿ ਗਿਆ, ਉਦੋਂ ਤੁਸੀਂ ਸਮਝੌਤੇ ਵਾਲੇ ਕਿੱਥੇ ਸੀ? ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪੀਣੀਆਂ ਉਮਰਾਂ ਨੀਹਾਂ ਵਿੱਚ ਚਿਣ ਦਿੱਤਾ ਗਿਆ ਸਰਹੰਦ, ਉਦੋਂ ਤੁਹਾਡੀ ਕੋਈ ਪਹੁੰਚ ਅਪਰੋਚ ਨਾ ਚੱਲੀ? ਇਹਨੇ ਬਚਨ ਕਹੇ, ਉਹ ਚੌਧਰੀ ਜਿਹੜੇ ਸਨ ਠੰਡੇ ਹੋ ਗਏ। ਮਹਾਰਾਜ ਤਾਂ ਇੰਨਾ ਕਹਿ ਕੇ ਕਹਿੰਦੇ ਭਾਈ ਅੱਗੋਂ ਤੁਹਾਡੀ ਜਿਹਨੇ ਨਾਲ ਤੁਰਨਾ ਤੁਰਨ ਵਾਲਾ ਹੈ, ਨਹੀਂ ਤਾਂ ਸਾਨੂੰ ਕੋਈ ਜ਼ਰੂਰਤ ਨਹੀਂ ਹੈ, ਅਸੀਂ ਉਸ ਨਿਰੰਕਾਰ ਦੇ ਆਸਰੇ। ਮਹਾਰਾਜ ਉੱਥੋਂ ਅੱਗੇ ਚੱਲ ਪਏ। ਹੁਣ ਚੌਧਰੀ ਜਿਹੜੇ ਆਏ ਕੇਵਲ ਗੱਲਾਂ ਵਾਸਤੇ, ਚੌਧਰ ਚਮਕਾਉਣ ਵਾਸਤੇ ਸਨ। ਉਹ ਆਉਂਦੇ ਜੀ ਫਿਰ ਅਸੀਂ ਤਾਂ ਤੁਹਾਡੇ ਸਿੱਖ ਨਹੀਂ ਬਣ ਸਕਦੇ। ਮਹਾਰਾਜ ਨੇ ਉੱਥੇ ਕਹਿ ਦਿੱਤਾ ਭਾਈ ਅਸੀਂ ਤਾਂ ਤੁਹਾਨੂੰ ਪਹਿਲਾਂ ਆਖਿਆ ਸਾਨੂੰ ਲਿਖ ਕੇ ਦੇ ਦਿਓ, ਔਰ ਇੱਥੇ ਲਿਖਤ ਹੋ ਗਈ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਮਹਾਰਾਜ ਨੇ ਉਹ ਕਾਗਜ਼ ਪਕੜ ਲਿਆ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੁਣ ਇੱਥੋਂ ਚੱਲ ਪਏ। 3 ਰੂਪ ਹੋ ਗਏ। ਇੱਕ ਤਾਂ ਉਹ ਚੌਧਰੀ ਪਛਾਂ ਆਪਣੇ ਘਰਾਂ ਨੂੰ ਵਾਪਸ ਮੁੜ ਆਏ, ਲੇਕਿਨ ਮਾਤਾ ਭਾਗ ਕੌਰ ਨੇ ਵੰਗਾਰ ਪਾਈ ਗੁਰੂ ਕੇ ਸਿੱਖਾਂ ਨੂੰ ਵੀ ਇਹ ਤਾਂ ਆਪਾਂ ਆਏ ਤਾਂ ਕੀ ਕਰਨ ਸਾਂ, ਸਗੋਂ ਹੋਰ ਵਿਗਾੜ ਪੈ ਗਿਆ। ਇਹ ਵੇਲਾ ਹੈ, ਪਿੱਛੋਂ ਪਤਾ ਲੱਗ ਰਿਹਾ ਕਿ ਵਜੀਦਾ ਜਿਹੜਾ ਫੌਜ ਲੈ ਕੇ ਅਜੇ ਵੀ ਆ ਰਿਹਾ, ਮਗਰ ਚੜ੍ਹਾਈ ਕਰਕੇ ਪਹੁੰਚ ਰਿਹਾ। ਔਰ ਮਹਾਰਾਜ ਸੱਚੇ ਪਾਤਸ਼ਾਹ ਵੀ ਜੰਗ ਵਾਸਤੇ ਭੂਮੀ ਪੈ ਟੋਲਦੇ ਨੇ, ਲੱਭਦੇ ਨੇ। ਹੁਣ ਕਹਿੰਦੇ ਵੇਲਾ ਹੈ ਮਰ ਮਿਟਣ ਦਾ, ਟੁੱਟੀ ਨੂੰ ਗੰਢਣ ਦਾ। ਔਰ ਮਹਾਰਾਜੇ ਦੇ ਤੋਂ ਪਹਿਲਾਂ ਭਾਈ ਕਪੂਰੇ ਤੋਂ ਕਿਲੇ ਦੀ ਮੰਗ ਕਰ ਚੁੱਕੇ ਨੇ ਵੀ ਸਾਨੂੰ ਦਿੱਤਾ ਜੇ ਅਸੀਂ ਜੰਗ ਲੜਨਾ, ਪਰ ਇੱਕ ਪਾਸੇ ਗੁਰੂ ਪ੍ਰਤੀ ਸ਼ਰਧਾ ਰੱਖਦਾ ਅਤੇ ਦੂਸਰੇ ਪਾਸੇ ਹਕੂਮਤ ਦਾ ਭੈ ਹੈ, ਕਹਿੰਦਾ ਜੀ ਉਹ ਮੈਨੂੰ ਮਾਰ ਦੇਣਗੇ, ਐਸਾ ਕੁਝ ਹੋਏਗਾ। ਮਹਾਰਾਜ ਕਹਿੰਦੇ ਵੀ ਜਿਨ੍ਹਾਂ ਤੋਂ ਡਰਦਾ ਹੈ ਕਹਾਣੀ ਉਹਨਾਂ ਨੇ ਤੇਰੀ ਅੰਤ ਦੀ ਕਰਨੀ ਹੈ। ਹੁਣ ਇੱਧਰੋਂ ਵਜੀਦਾ ਆ ਗਿਆ, ਉਹ ਕਪੂਰੇ ਨੂੰ ਹੀ ਨਾਲ ਉਹਨਾਂ ਲਿਆ। ਚੌਧਰ ਉਹਨਾਂ ਦਿੱਤੀ ਵੀ ਦੱਸ ਕਿੱਧਰ ਨੂੰ ਗਏ ਗੁਰੂ ਸਾਹਿਬ। ਇੱਧਰ ਮਹਾਰਾਜ ਗੁਰੂ ਕਲਗੀਧਰ ਸਾਹਿਬ ਕੁਝ ਸਿੱਖਾਂ ਨਾਲ ਨੇ, ਵਿਚਾਲੇ ਮਾਤਾ ਭਾਗ ਕੌਰ ਦੇ ਨਾਲ ਭਾਈ ਮਾਨ ਸਿੰਘ ਵਰਗੇ ਯੋਧੇ ਗੁਰੂ ਕੇ ਸਿੱਖ ਤੁਰ ਪਏ।
ਤੇ ਤੀਸਰਾ ਪਿੱਛੇ ਆ ਰਿਹਾ ਵਜੀਦ ਖਾਂ ਸੂਬਾ ਸਰਹੰਦ ਲਾਹੌਰ ਫੌਜ ਲੈ ਕੇ। ਔਰ ਚੱਲਦਿਆਂ ਚੱਲਦਿਆਂ ਮਹਾਰਾਜ ਨੇ ਹੁਣ ਖਿਦਰਾਣੇ ਦੀ ਢਾਬ ਦੇ ਉੱਤੇ ਜਾ ਕੇ, ਜੋ ਉਸ ਵਕਤ ਕਿਉਂਕਿ ਇਹ ਜੰਗ ਜਿਹੜਾ ਵਿਸਾਖ ਦੇ ਮਹੀਨੇ ਵਿੱਚ ਹੋਇਆ, ਲੇਕਿਨ ਪਾਣੀ ਦੀ ਕਿੱਲਤ ਕਰਕੇ ਅਤੇ ਕੁਝ ਕਿਰਸਾਨੀ ਦਾ ਰੁਝੇਵੇਂ ਵਾਲਾ ਸਮਾਂ ਵਾਢੀਆਂ ਇਤਿਆਦਿਕ ਦਾ ਹੋਣ ਕਰਕੇ ਇਹ ਫਿਰ ਸ਼ਹੀਦਾਂ ਦੀ ਯਾਦ 40 ਮੁਕਤਿਆਂ ਦੀ ਮਾਘ ਦੀ ਪਹਿਲੀ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਵੀ ਇੱਕ ਤਾਂ ਰੁੱਤ ਵੀ ਠੀਕ ਅਤੇ ਦੂਸਰਾ ਪਾਣੀ ਦੀ ਵੀ ਕਿੱਲਤ ਨਹੀਂ ਆਏਗੀ, ਤੀਸਰਾ ਸਮਾਂ ਵੀ ਥੋੜ੍ਹਾ ਜਿਹੜਾ ਹੈ ਉਹ ਵਿਹਲਾ ਹੋ ਗਿਆ। ਤਾਂ ਕਰਕੇ ਪਹਿਲੀ ਮਾਘ ਨੂੰ ਇਹ ਦਿਹਾੜਾ 40 ਮੁਕਤਿਆਂ ਦਾ ਜੋ ਮਨਾਇਆ ਜਾਂਦਾ ਹੈ। ਵੈਸੇ ਜੰਗ ਜਿਹੜਾ ਉਹ ਵਿਸਾਖ ਦੇ ਮਹੀਨੇ ਵਿੱਚ ਹੋਇਆ, ਉਹ ਢਾਬ ਵੀ ਸੁੱਕੀ ਹੋਈ ਸੀ, ਲੇਕਿਨ ਉੱਥੇ ਮਹਾਰਾਜ ਥੋੜ੍ਹਾ ਜਿਹਾ ਅੱਗੇ ਜਾ ਕੇ ਜਿੱਥੇ ਅੱਜ ਗੁਰਦੁਆਰਾ ਟਿੱਬੀ ਸਾਹਿਬ ਹੈ ਉੱਥੇ ਟਿਕਾਣਾ ਕੀਤਾ ਗੁਰੂ ਕੇ ਸਿੱਖਾਂ ਨੇ। ਜਿੱਥੇ ਅੱਜ ਗੁਰਦੁਆਰਾ ਤੰਬੂ ਸਾਹਿਬ ਹੈ ਉੱਥੇ ਆਪਣੇ ਬਸਤਰ ਇਤਿਆਦਿਕ ਝਾੜੀਆਂ 'ਤੇ ਪਾ ਕੇ ਮੋਰਚੇ ਮੱਲ ਕੇ ਬਹਿ ਗਏ। ਔਰ ਜਦੋਂ ਵਜੀਦ ਖਾਂ ਦੀ ਜਿਹੜੀ ਫੌਜ ਹੈ ਉਹ ਆਈ ਹੈ, ਜੋ ਗਿਣਤੀ ਦੇ ਵਿੱਚ ਕਰੀਬਨ ਜਿਹੜਾ 25 ਤੋਂ 30 ਹਜ਼ਾਰ ਦੱਸੀ ਜਾਂਦੀ, ਇਤਿਹਾਸ ਦੀਆਂ ਕਿਤਾਬਾਂ ਤਵਾਰੀਖ ਬੋਲਦੀ। ਇੱਧਰੋਂ ਗੁਰੂ ਕੇ ਪਿਆਰੇ ਉਹਨਾਂ ਨੇ ਫਿਰ ਡਟਣਾ ਸ਼ੁਰੂ ਕੀਤਾ ਅਤੇ ਉਹ ਨਾ ਹੀ ਗੁਰਦੁਆਰਾ ਸਾਹਿਬ ਦਾ ਤੰਬੂ ਸਾਹਿਬ ਪਿਆ ਤਾਂ ਹੀ ਪਿਆ ਹੈ ਵੀ ਉੱਥੇ ਝਾੜੀਆਂ ਉੱਤੇ ਜਿਹੜੇ ਬਸਤਰ ਇਸ ਤਰ੍ਹਾਂ ਪਾਏ ਅਤੇ ਦੂਰੋਂ ਐਂ ਲੱਗਦਾ ਸੀ ਜਿਵੇਂ ਬੜੀ ਫੌਜ ਉਤਰੀ ਹੋਵੇ ਅਤੇ ਤੰਬੂ ਲੱਗੇ ਹੋਏ ਨੇ। ਗੁਰੂ ਕੇ ਸਿੱਖ ਜਿਹੜੇ ਨੇ ਫਿਰ ਉਹ ਡਟ ਗਏ ਔਰ ਜਾਨਾ ਹੂਲ ਕੇ ਉਹਨਾਂ ਗੁਰੂ ਕੇ ਪਿਆਰਿਆਂ ਨੇ ਮੁਕਾਬਲਾ ਕੀਤਾ। ਇਕੱਲਾ ਇਕੱਲਾ ਕਿੰਨਿਆਂ 'ਤੇ ਭਾਰੂ ਪਿਆ। ਮਹਾਰਾਜ ਟਿੱਬੀ ਸਾਹਿਬ 'ਤੇ ਬੈਠੇ ਵੇਖਦੇ ਵੀ ਥੱਲੇ ਜੰਗ ਹੋ ਰਿਹਾ, ਕਰ ਕੌਣ ਰਹੇ ਨੇ। ਔਰ ਪਤਾ ਲੱਗਾ ਜਦੋਂ ਵਜੀਦੇ ਦੀਆਂ ਫੌਜਾਂ ਦਾ ਮੂੰਹ ਮੋੜ ਦਿੱਤਾ ਗੁਰੂ ਕੇ ਸਿੱਖਾਂ ਉਹਨਾਂ ਚਾਲੀਆਂ ਨੇ, ਮਾਤਾ ਭਾਗ ਕੌਰ ਬੜੀ ਬਹਾਦਰੀ ਨਾਲ ਲੜੀ, ਭਾਈ ਸਾਹਿਬ ਭਾਈ ਮਾਹ ਸਿੰਘ ਹੋਣੀ, ਔਰ ਜਦੋਂ ਬਾਕੀ ਜਿਹੜੀ ਫੌਜ ਸੀ ਪਿਆਸ ਨਾਲ ਮਰਨ ਲੱਗੀ ਵਜੀਦੇ ਦੀ, ਤਾਂ ਉਹਨੇ ਭਾਈ ਕਪੂਰੇ ਨੂੰ ਪੁੱਛਿਆ ਵੀ ਪਾਣੀ। ਉਹ ਕਹਿੰਦਾ ਜੀ ਗਾਂਹ ਨੂੰ ਜਾਓਗੇ ਅਤੇ 40 ਕੋਹ ਉਹ ਵੀ ਪਤਾ ਨਹੀਂ ਲੱਭਣਾ ਕਿ ਨਹੀਂ ਲੱਭਣਾ, ਪਛਾਣ ਨੂੰ ਤਾਂ ਪੱਕੀ ਬਾਤ ਹੈ ਵੀ 10 ਕੋਹ ਜਾਵਾਂਗੇ ਅਤੇ ਪਾਣੀ ਮਿਲ ਜਾਏਗਾ। ਉਹਨੇ ਆਖਿਆ ਫਿਰ ਆਹ ਲਾਸ਼ਾਂ ਤਾਂ ਸੰਭਾਲ ਦੇਈਏ। ਕਹਿੰਦੇ ਲਾਸ਼ਾਂ ਨੂੰ ਛੱਡੋ, ਅਸੀਂ ਵੀ ਇੱਕ ਲਾਸ਼ ਬਣ ਕੇ ਨਹੀਂ ਤਾਂ ਇੱਥੇ ਪੈ ਜਾਵਾਂਗੇ, ਰਹਿਣ ਦਿਓ, ਆਪੇ ਸੰਭਾਲੇ ਜਾਣਗੇ। ਵਾਪਸ ਗਏ। ਹੁਣ ਮਹਾਰਾਜ ਗੁਰੂ ਕਲਗੀਧਰ ਸਾਹਿਬ ਥੱਲੇ ਉੱਤਰੇ ਅਤੇ ਵੇਖਿਆ ਉਹਨਾਂ ਸਿੰਘਾਂ ਨੂੰ ਸੰਭਾਲ ਰਹੇ ਨੇ, ਕਿਸੇ ਨੂੰ 10 ਹਜ਼ਾਰ ਹੀ, 20 ਹਜ਼ਾਰ ਹੀ, ਕਿਸੇ ਨੂੰ ਮਹਾਰਾਜ ਖਿਤਾਬ ਦੇ ਰਹੇ ਨੇ। ਔਰ ਇੰਨੇ ਨੂੰ ਉਹ ਸਹਿਕ ਦਾ ਸਰੀਰ ਭਾਈ ਸਾਹਿਬ ਭਾਈ ਮਾਹ ਸਿੰਘ ਦਾ ਤੱਕਿਆ, ਜਿਹਨੂੰ ਮਹਾਰਾਜ ਨੇ ਆਪਣੇ ਗੋਡੇ 'ਤੇ ਰੱਖ ਕੇ ਪ੍ਰੇਮ ਨਾਲ ਸੰਭਾਲਿਆ ਔਰ ਉਹਦੇ ਮੁੱਖ ਵਿੱਚ ਪਾਣੀ ਜਲ ਚੋਇਆ, ਉਹਦਾ ਮੁੱਖ ਜਿਹੜਾ ਸੀ ਹਜ਼ੂਰੀਏ ਨਾਲ ਆਪ ਸਾਫ਼ ਕੀਤਾ ਮਹਾਰਾਜ ਨੇ। ਔਰ ਪੁੱਛਿਆ ਭਾਈ ਮਾਹ ਸਿਆਂ ਤੇਰੇ ਤਨ ਉੱਤੇ ਇੰਨੇ ਫੱਟ ਲੱਗੇ, ਦੱਸਦੇ ਨੇ ਕਿਸ ਬਹਾਦਰੀ ਨਾਲ ਤੂੰ ਲੜਿਆ, ਜੋ ਮੰਗਣਾ ਹੈ ਮੰਗ ਲਾ, ਜੋ ਮਿਲੇਗਾ। ਹੱਥ ਜੋੜ ਕੇ ਇੱਕੋ ਹੀ ਬਾਤ ਆਖੀ, ਦਾਤਾ ਜੀ ਟੁੱਟੀ ਨੂੰ ਗੰਢ ਲਓ, ਵਿਛੜਿਆਂ ਨੂੰ ਮਿਲਾ ਲਓ, ਕਿਉਂਕਿ ਤੂੰ ਗੰਢਣ ਵਾਲਾ ਹੈ। ਸੁਖਮਣੀ ਸਾਹਿਬ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਟੂਟੀ ਗੰਢਣ ਹਾਰ ਗੋਪਾਲ ਸਰਬ ਜੀਆਂ, ਆਪੇ ਪ੍ਰਤਪਾਲ ਸਗਲ ਕੀ ਚਿੰਤਾ, ਜਿਸ ਮਨ ਮਾਹੇ ਤਿਸ ਤੇ ਬਿਰਥਾ, ਕੋਈ ਨਾ ਉਹਦੇ ਤੋਂ ਕੋਈ ਖਾਲੀ ਨਹੀਂ ਜਾਂਦਾ। ਮਹਾਰਾਜ ਨੇ ਫਿਰ ਉਸ ਵਕਤ ਖੀਸੇ ਦੇ ਵਿੱਚੋਂ ਉਹ ਕਾਗਜ਼ ਕੱਢਿਆ। ਕੁਝ ਗੁਰਸਿੱਖਾਂ ਨੇ ਇੱਥੋਂ ਤੱਕ ਆਖਿਆ ਮਹਾਰਾਜ ਇਹ ਤਾਂ ਉਹ ਉਹਨਾਂ ਲੋਕਾਂ ਦੇ ਨਾਲ ਤੁਰਨ ਵਾਲੇ ਜਾਂ ਉਹਨਾਂ ਵਿੱਚੋਂ ਜਿਨ੍ਹਾਂ ਨੇ ਆਪ ਜੀ ਨੂੰ ਲਿਖ ਕੇ ਦਿੱਤਾ। ਮਹਾਰਾਜ ਕਹਿੰਦੇ ਉਹਨਾਂ ਲਿਖਿਆ ਸੀ ਨਾ, ਲੇਕਿਨ ਮੈਂ ਤਾਂ ਨਹੀਂ ਨਾ ਲਿਖ ਕੇ ਦਿੱਤਾ ਵੀ ਤੁਸੀਂ ਮੇਰੇ ਸਿੱਖ ਨਹੀਂ ਅਤੇ ਮੈਂ ਤੁਹਾਡਾ ਗੁਰੂ ਨਹੀਂ।
ਕਹਿੰਦੇ ਜਿਵੇਂ ਇੱਕ ਮਾਂ ਪਿਤਾ ਹਮੇਸ਼ਾ ਬੱਚਾ ਰੁੱਸ ਕੇ ਘਰੋਂ ਚਲਾ ਜਾਏ ਅਤੇ ਉਹ ਉਡੀਕ ਕਰਦੇ ਨੇ, ਬਰੂਹਾਂ ਵੱਲ ਤੱਕਦੇ ਰਹਿੰਦੇ ਵੀ ਹੁਣ ਵੀ ਆਏਗਾ, ਹੁਣ ਵੀ ਆਏਗਾ। ਕਹਿੰਦੇ ਗੁਰੂ ਵੀ ਆਪਣੇ ਸਿੱਖ ਦਾ ਇਸ ਤਰ੍ਹਾਂ ਰਾਹ ਤੱਕਦਾ ਹੈ। ਅਸੀਂ ਬਹੁਤ ਹਾਂ ਜਿਹੜੇ ਭੁੱਲੇ ਭਟਕੇ ਟੁੱਟੇ ਹੋਏ ਗੁਰੂ ਤੋਂ, ਪਤਾ ਨਹੀਂ ਕਿੱਥੇ ਕਿੱਥੇ ਤੁਰੇ ਫਿਰਦੇ ਹਾਂ, ਕਿੱਥੇ ਕਿੱਥੇ ਨੱਕ ਗੋਡੇ ਰਗੜਦੇ ਹਾਂ, ਪਰ ਚੇਤਾ ਰੱਖਿਓ ਕਲਗੀਆਂ ਵਾਲਾ ਅਜੇ ਵੀ ਬਾਹਾਂ ਫੈਲਾ ਕੇ ਸਾਡੀ ਉਡੀਕ ਕਰ ਰਿਹਾ ਹੈ। ਤੁਰੀਏ ਤਾਂ ਸਹੀ ਉਹਦੇ ਘਰ ਨੂੰ, ਉਹ ਤਾਂ ਘੁੱਟ ਕੇ ਗਲ ਨਾਲ ਲਾਉਣ ਵਾਸਤੇ ਤਿਆਰ ਹੈ। ਉਸ ਮਾਲਕ ਨੇ ਕਿਰਪਾ ਕੀਤੀ, ਮਾਤਾ ਭਾਗ ਕੌਰ ਨੂੰ ਸਹਿਕਦੀ ਹੋਈ ਨੂੰ ਲਿਆਂਦਾ, ਕਈ ਤੁਰਕਾਂ ਨੂੰ ਮਾਰ ਕੇ ਉਹਨਾਂ ਦੇ ਉਹ ਵੀ ਡਿੱਗੇ ਨੇ, ਫੱਟ ਲੱਗੇ ਸਨ, ਮਲਮ ਪੱਟੀ ਕੀਤੀ। ਲੇਕਿਨ ਭਾਈ ਸਾਹਿਬ, ਭਾਈ ਮਾਨ ਸਿੰਘ ਵਰਗੇ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖਾਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਔਰ ਆਪਣੇ ਤਨ ਦੇ ਵਿੱਚੋਂ ਖਤਰਾ ਖਤਰਾ ਖੂਨ ਦਾ ਜਿਹੜਾ ਵਹਾ ਕੇ ਗੁਰੂ ਨਾਲ ਟੁੱਟੀ ਨੂੰ ਦੁਬਾਰਾ ਗੰਢਿਆ, ਅਤੇ ਮਹਾਰਾਜ ਨੇ ਆਖਿਆ ਫਿਰ ਇਸ ਅਸਥਾਨ ਦਾ ਨਾਮ ਜਿਹੜਾ ਉਹ ਮੁਕਤੀ ਦਾ ਸਰ, ਜਿਹੜਾ ਵੀ ਆ ਕੇ ਇਹਨਾਂ ਸ਼ਹੀਦਾਂ ਦੀ ਪਾਵਨ ਧਰਤੀ 'ਤੇ ਨਤਮਸਤਕ ਹੋਵੇਗਾ, ਨਮਸਕਾਰ ਕਰੇਗਾ, ਉਹਦੀ ਹਰੇਕ ਭਾਵਨਾ ਪੂਰੀ ਹੋਏਗੀ, ਮੁਕਤ ਹੋਏਗਾ। ਕਹਿੰਦੇ ਇਹਨਾਂ ਨੇ ਮਾਲਕ ਦੇ ਚਰਨਾਂ ਤੋਂ ਘੋਲ ਕਮਾ ਕੇ ਆਪਣਾ ਜੀਵਨ ਜਿਹੜਾ ਉਹ ਕੁਰਬਾਨ ਕਰ ਦਿੱਤਾ। ਅੱਜ ਲੋੜ ਹੈ ਅਸੀਂ ਜਿੱਥੇ ਉਹਨਾਂ ਸ਼ਹੀਦਾਂ ਦੀ ਯਾਦ ਮਨਾਈਏ, ਜਿੱਥੇ ਉਹਨਾਂ ਮਹਾਨ ਯੋਧਿਆਂ ਨੂੰ ਰੋਜ਼ ਆਪਾਂ ਚੇਤੇ ਕਰਦੇ ਹਾਂ ਅਰਦਾਸ ਵਿੱਚ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉੱਥੇ ਲੋੜ ਹੈ, ਉਹਨਾਂ ਨੇ ਤਾਂ ਜੋ ਬੇਦਾਵਾ ਲਿਖਿਆ ਪੜਵਾ ਲਿਆ, ਪਰ ਅਸੀਂ ਜਿੰਨੇ ਵੀ ਜੇ ਅਸੀਂ ਕੇਸਾਂ ਦੀ ਬੇਅਦਬੀ ਕਰਦੇ ਹਾਂ, ਅਸੀਂ ਗੁਰੂ ਵਾਲੇ ਨਹੀਂ ਕੇਸ ਕਤਲ ਕੀਤੇ ਨੇ, ਚਾਹੇ ਉਹ ਮਾਤਾਵਾਂ ਭੈਣਾਂ ਧੀਆਂ ਬੱਚੀਆਂ ਚਾਹੇ ਵੀਰ ਨੇ, ਅਸੀਂ ਤਾਂ ਮੂੰਹ 'ਤੇ ਬੇਦਾਵੇ ਲਿਖੀ ਫਿਰਦੇ ਹਾਂ। ਲੋੜ ਹੈ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ, ਇਸ ਟੁੱਟੀ ਹੋਈ ਨੂੰ ਉਹ ਦਾਤਾ ਗੰਢ ਲਏਗਾ, ਉਹਦੇ ਦਰ 'ਤੇ ਅਰਦਾਸ ਕਰੀਏ ਤਾਂ ਕਿ ਜੀਵਨ ਕਬੂਲ ਪੈ ਜਾਏ। ਮਾਲਕ ਮਿਹਰ ਕਰੇ ਸੱਚੇ ਪਾਤਸ਼ਾਹ, ਸਾਡੀ ਵੀ ਗੁਰੂ ਨਾਲ ਬਣ ਜਾਏ, ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।